2 ਫਰਵਰੀ ਨੂੰ सीबीआई ਦੀਆਂ ਦਿੱਲੀ ਤੋਂ ਆਈਆਂ ਦੋ ਟੀਮਾਂ ਨੇ ਲਗ ਲਗ ਟੀਮਾਂ ਸੀ ਉਹਨਾਂ ਨੇ ਦੋ ਸਾਡੇ ਸਤਕਾਰਯੋਗ ਆਗੂ ਨੇ ਸੁਤਨਾਮ ਸਿੰਘ ਬਹਿਰੂ ਤੇ ਹਰਿੰਦਰ ਸਿੰਘ ਲਖੋਵਾਲ ਦੇ ਰਹਿੈਸ਼ੀ ਟਿਕਾਣਿਆਂ ਤੇ ਤੇ ਕਾਰੋਬਾਰੀ ਟਿਕਾਣਿਆਂ ਤੇ ਛਾਪੇਮਾਰੀ ਕੀਤੀ ਲਖੋਵਾਲ ਸਾਹਿਬ ਦੇ ਲਖੋਵਾਲ ਤੇ ਮੁਹਾਲੀ ਰੈਜ਼ਿਡੈਂਸ ਪਲੱਸ ਉਹਨਾਂ ਦਾ 골ਡ ਸਟੋਰ ਤੇ ਪੈਟਰੋਲਪਾਰ ਉਹਨਾਂ ਦੇ ਬੈਂਕ ਦੀ ਡਿਟੇਲ ਜਿਹੜੀ ਕੀ ਬੈਂਕ ਖਾਤਾ ਹੈ ਉਹਨਾਂ ਦਾ ਫੋਨ ਤੇ ਐਂ ਹੀ ਲਖੋਵਾਲ ਸਾਹਿਬ ਦੇ ਚੈੱਕ ਤੇ ਕੁਝ ਹੋਰ ਕਾਗਜ਼ ਇਹਦੀ ਡਿਟੇਲ ਕੋਈ ਨਹੀਂ ਜਿਹਨੋਂ ਅੰਜਾਨ ਲੱਗੇ ਨੇ ਉਦੋਂ ਉਹਨਾਂ ਨੇ ਪ੍ਰੋਟੈਸਟ ਕੀਤਾ ਕਿ ਵੀ ਅਸੀਂ ਤੁਹਾਨੂੰ ਸਾਰਾ ਕੁਝ ਕੋਆਪਰੇਟ ਕੀਤਾ ਤੁਸੀਂ ਸਾਨੂੰ ਇਹ ਤੇ ਲਿਖਤੀ ਤੌਰ ਤੇ ਕਿਸ ਨੂੰ ਨਹੀਂ ਪਤਾ ਕਿ ਅੱਜ ਸੀਬੀਆਈ ਤੇ ਈਡੀ ਪਿੰਜਰੇ ਦੇ ਤੋਤੇ ਨੇ ਜਿਨ੍ਹਾਂ ਨੂੰ ਪੋਲਿਟੀਕਲ ਵੈਂਡੇਟ ਲਈ ਸਿਆਸੀ ਬਦਲਾਖੋਰੀ ਲਈ ਵਰਤਿਆ ਜਾ ਰਿਹਾ ਹੈ ਨਾਲ ਇਹ ਅਲਾਨੀ ਐਮਰਜੈਂਸੀ ਸਟੇਟ 'ਚ ਇੰਨਾ ਰਾਹੀਂ ਵਧਾਈ ਜਾ ਰਹੀ ਹੈ ਤਾਂ ਇਹ ਕਿਸਾਨ ਲਹਿਰ ਨੂੰ ਤਾਰਪੀਡੋ ਕਰਨ ਦੀ ਕੋਸ਼ਿਸ਼ ਹੈ 20 ਮਾਰਚ ਦਾ ਸੰਯੁਕਤ ਮੋਰਚੇ ਦਾ ਦਿੱਲੀ ਪ੍ਰੋਟੈਸਟ ਜਿਹੜਾ ਸਾਰੇ ਦੇਸ਼ ਪੱਧਰ ਦਾ ਪ੍ਰੋਟੈਸਟ ਹੈ ਐਮਐਸਪੀ ਜਿਹੜਾ ਇਲੈਕਟ੍ਰਿਸਿਟੀ ਐਮੈਂਡਮੈਂਟ ਐਕਟ ਵਾਦਾ ਖਲਾਫੀ ਕਰਕੇ ਇਹਨਾਂ ਨੇ ਪਾਰਲੀਮੈਂਟ ਚ ਟੇਬਲ ਕੀਤਾ ਉਹ ਐਮਐਸਪੀ ਦੀ ਖਰੀਦ ਦੀ ਕਾਨੂੰਨੀ ਗਾਰੰਟੀ ਲੈਣ ਲਈ ਔਰ ਇਸ ਦੇ ਇਲਾਵਾ ਜਿਹੜੀਆਂ ਕੋਈ ਲਖੀਮਪੁਰ ਖੀਰੀ ਦੇ ਮੋਰਚੇ ਨਾਲ ਸੰਬੰਧ ਜਿਹੜੀਆਂ ਮੰਗਾਂ ਨੇ ਇਹੇ ਜੀਆਂ ਕੁਝ ਮੰਗਾਂ ਲਈ ਜਿਹੜਾ ਇਹ ਪ੍ਰੋਟੈਸਟ ਹੈ ਜਿਹੜਾ ਉੱਥੇ ਹੋ ਰਿਹਾ ਕਰਜ਼ਾ ਮਾਫੀ ਹੋਰ ਚੀਜ਼ਾਂ ਤੋਂ ਇਸ ਨੂੰ ਹਰ ਹਾਲ ਚ ਚ ਕੀਤਾ ਜਾਊਗਾ ਇਹ ਰੁਕੂਗਾ ਨਹੀਂ ਇਹ ਜੇ ਬੁਖਲਾਟ ਭਰੇ ਕਦਮਾਂ ਸਸਿਕਾ ਜੀ ਦੇਖ ਰਹੇ ડીਬੀ ਪੰਜਾਬ ਮੈਂ ਤੁਹਾਡਾ ਜਸਪ੍ਰੀਤ ਸਿੰਘ ਅਸ਼ਕ ਐਸਕੇਐਮ ਵੱਲੋਂ ਅੱਜ ਗਵਰਨਰ ਨੂੰ ਇੱਕ ਆਪਣਾ ਮੰਗ ਪੱਤਰ ਦਿੱਤਾ ਜਾਣਾ ਸੀ ਪਰ ਗਵਰਨਰ ਨਾ ਹੋਣ ਕਰਕੇ ਪ੍ਰੋਗਰਾਮ ਕੈਨਸਲ ਕਰ ਦਿੱਤਾ ਗਿਆ ਹੈ ਸਾਡੇ ਨਾਲ ਰਵਿੰਦਰ ਸਿੰਘ ਮੌਜੂਦ ਨੇ ਪਟਿਆਲਾ ਤੋਂ ਇਹਨਾਂ ਨਾਲ ਗੱਲਬਾਤ ਕਰਦੇ ਆ ਕਿਸਾਨ ਲੀਡਰ ਨੇ ਅੱਜ ਕੀ ਮੰਗ ਪੱਤਰ ਸੀ ਜਿਹੜਾ ਤੁਸੀਂ ਦੇਣਗੇ ਸੀ ਦੇਖੋ ਪਹਿਲੀ ਗੱਲ ਤਾਂ ਇਹ ਹੈ ਕਿ ਮੈਮੋਰੰਡਮ ਤਾਂ ਸੀ ਦਿੱਤਾ ਗਵਰਨਰ ਸਾਹਿਬ ਨਹੀਂ ਸੀਗੇ ਤਾਂ ਐਡਮਿਨਿਸਟ੍ਰੇਸ਼ਨ ਨੇ ਐਸਡੀਐਮ ਸੈਂਟਰਲ ਨੂੰ ਇਹ ਜ਼ਿੰਮੇਵਾਰੀ ਦਿੱਤੀ ਕਿ ਵੀ ਤੁਸੀਂ ਇਹ ਮੈਮੋਰੰਡਮ ਲਾਓ ਅਸੀਂ ਇਹ ਮੰਗ ਪੱਤਰ ਗਵਰਨਰ ਸਾਹਿਬ ਰਾਹੀਂ ਰਾਸ਼ਟਰਪਤੀ ਨੂੰ ਪੇਜਿਆ ਮੁੱਦਾ ਸੀ 21 ਫਰਵਰੀ ਨੂੰ सीबीआई ਦੀਆਂ ਦਿੱਲੀ ਤੋਂ ਆਈਆਂ ਦੋ ਟੀਮਾਂ ਨੇ ਲਗ ਲਗ ਟੀਮਾਂ ਸੀ ਉਹਨਾਂ ਨੇ ਦੋ ਸਾਡੇ ਸਤਕਾਰਯੋਗ ਆਗੂ ਨੇ ਸਤਨਾਮ ਸਿੰਘ ਬਹਿਰੂ ਤੇ ਹਰਿੰਦਰ ਸਿੰਘ ਲਖੋਵਾਲ ਦੇ ਰਹਿائشੀ ਟਿਕਾਣਿਆਂ ਤੇ ਤੇ ਕਾਰੋਬਾਰੀ ਟਿਕਾਣਿਆਂ ਤੇ ਛਾਪੇਮਾਰੀ ਕੀਤੀ ਲਖੋਵਾਲ ਸਾਹਿਬ ਦੇ ਲਖੋਵਾਲ ਤੇ ਮੁਹਾਲੀ ਰੈਜ਼ਿਡੈਂਸ ਪਲੱਸ ਉਹਨਾਂ ਦਾ ਕੋਲਡ ਸਟੋਰ ਤੇ ਪੈਟਰੋਲ ਪੰਪ ਬਹਿਰੂ ਸਾਹਿਬ ਦਾ ਬਹਿਰੂ ਪਿੰਡ ਚ ਜਿਹੜਾ ਰਹਿਸ਼ ਹੈ ਉਹਦੇ ਤੇ ਉਹ ਛਾਪੇਮਾਰੀ ਕੀਤੀ ਹੈ ਇਸ ਛਾਪੇਮਾਰੀ ਚ ਉਹਨਾਂ ਨਾਲ ਜਿਸ ਢੰਗ ਨਾਲ ਬਿਹਾਰ ਕੀਤਾ ਗਿਆ ਮੁਜਮਰਾਨਾ ਢੰਗ ਨਾਲ ਔਰ ਇਸ ਚ ਨਾ ਤਾਂ ਕੋਈ ਸਰਚ ਪ੍ਰਿੰਟ ਦਿਖਾਇਆ ਨਾ ਹੀ ਕੋਈ ਮਤਲਬ ਐਫ ਆਈ ਆਰ ਦਿਖਾਈ ਸਾਰਾ ਘਰ ਫਰੋਲਤਾ 9 ਘੰਟੇ ਇੱਕ ਲਗਭਗ 8-9 ਘੰਟੇ ਇਹ ਰੇਡ ਚੱਲੀ ਆ ਸਭ ਕੁਝ ਕੱਪੜਾ ਇੱਕ ਇੱਕ ਲੀੜਾ ਤੱਕ ਫਰੋਲ ਦਿੱਤਾ ਆ ਕਾਗਜ਼ ਪੱਤਰ ਫਰੋਲੇ ਗਏ ਔਰ ਉਹਨਾਂ ਕਾਗਜ਼ ਪੱਤਰਾਂ ਚੋਂ ਜੋ ਚੀਜ਼ਾਂ ਲੈ ਕੇ ਗਏ ਬਹਿਰੂ ਸਾਹਿਬ ਦੀ ਜਥੇਬੰਦੀ ਦੇ ਲੈਟਰ ਪੈਡਸ ਉਹਨਾਂ ਦੇ ਬੈਂਕ ਦੀ ਡਿਟੇਲ ਜਿਹੜੀ ਕੀ ਬੈਂਕ ਖਾਤਾ ਆ ਉਹਨਾਂ ਦਾ ਫੋਨ ਤੇ ਐਂ ਲਖੋਵਾਲ ਸਾਹਿਬ ਦੇ ਚੈੱਕ ਤੇ ਕੁਝ ਹੋਰ ਕਾਗਜ਼ ਇਹਦੀ ਡਿਟੇਲ ਕੁਛ ਨਹੀਂ ਜਦੋਂ ਅਨਜਾਨ ਲੱਗੇ ਨੇ ਉਦੋਂ ਉਹਨਾਂ ਨੇ ਪ੍ਰੋਟੈਸਟ ਕੀਤਾ ਕਿ ਵੀ ਅਸੀਂ ਤੁਹਾਨੂੰ ਸਾਰਾ ਕੁਝ ਕੋਆਪਰੇਟ ਕੀਤਾ ਤੁਸੀਂ ਸਾਨੂੰ ਇਹਦੀ ਲਿਖਤੀ ਦਿਓ ਤਾਂ ਉਹਨਾਂ ਨੇ ਸਰਚ ਲਿਸਟ ਦਿੱਤੀ ਹੈ ਜਿਸ ਤੋਂ ਸਾਨੂੰ ਪਤਾ ਲੱਗਿਆ ਕਿ ਕੋਈ 120B ਤਹਿਤ ਤੇ ਪ੍ਰੋਵੈਂਸ਼ਨਲ ਕੋਰਪਸ਼ਨ ਐਕਟ ਤਹਿਤ ਉਹ ਪਰਚਾ ਆ ਦਿੱਲੀ ਦੇ ਵਿੱਚ ਔਰ ਉਸ ਪਰਚੇ ਤੇ ਹੈ ਤੇ ਇਹ CrPC ਦੀ 165 ਧਾਰਾ ਤਹਿਤ ਜਿਹੜਾ ਇਹ ਸਰਚ ਵਾਰੰਟ ਸੀ ਉਹਨਾਂ ਕੋਲ ਉਹਦੇ ਤੋਂ ਪਤਾ ਲੱਗਿਆ ਪਰ ਹਾਲੇ ਤੱਕ ਸਾਨੂੰ ਇਹ ਪਤਾ ਨਹੀਂ ਕਿ ਇਹਨਾਂ ਆਗੂਆਂ ਦੋਸ FIR ਚ ਨਾ ਬੋਲਦਾ ਜਦੋਂ ਹਾਲੇ ਕਿਸੇ FIR ਦਾ ਨਾਂ ਨਹੀਂ ਜਦੋਂ ਕੋਈ ਹਾਲੇ ਤੱਕ ਕਿਸੇ ਅਦਾਲਤ ਨੇ ਗिल्ट ਹੀ ਨਹੀਂ ਇਹਨਾਂ ਨੂੰ ਡਿਕਲੇਅਰ ਕੀਤਾ ਤਾਂ মিডিਆ ਟਰਾਇਲ ਚ ਕੁਝ BJP ਦੇ ਆਗੂ ਇਹਨਾਂ ਨੂੰ ਦੋਸ਼ੀ ਸਾਬਤ ਕਰਨ ਲੱਗੇ ਹੋਏ ਨੇ ਇਹ ਸਿਆਸੀ ਬਦਲਾਖੋਰੀ ਆ ਕਿਸ ਨੂੰ ਨਹੀਂ ਪਤਾ ਕਿ ਅੱਜ सीबीआई ਤੇ ED ਪਿੰਜਰੇ ਦੇ ਤੋਤੇ ਨੇ ਜਿਨ੍ਹਾਂ ਨੂੰ ਪੋਲਿਟੀਕਲ ਵੈਂਡੇਟੇ ਲਈ ਸਿਆਸੀ ਬਦਲਾਖੋਰੀ ਲਈ ਵਰਤਿਆ ਜਾ ਰਿਹਾ ਨਾਲ ਹੀ ਆਲਾਨੀ ਅਮਰਜੈਂਸੀ ਇਸ ਦੇ ਵਿੱਚ ਇਹਨਾਂ ਰਾਹੀਂ ਵਧਾਈ ਜਾ ਰਹੀ ਹੈ ਤਾਂ ਇਹ ਕਿਸਾਨ ਲਹਿਰ ਨੂੰ ਤਾਰਪੀਡੋ ਕਰਨ ਦੀ ਕੋਸ਼ਿਸ਼ ਹੈ ਇਹ ਬਰਦਾਸ਼ਤ ਨਹੀਂ ਹੋਊਗੀ ਇਹ ਬੰਦ ਕਰਨੀ ਚਾਹੀਦੀ ਹੈ ਇਸ ਗੱਲ ਨੂੰ ਅੱਜ ਮੰਗ ਪੱਤਰ ਦਿੱਤਾ ਔਰ ਮੈਂ ਸਿਰਫ ਇੱਕੋ ਗੱਲ ਹੋਰ ਕਹਿਣੀ ਚਾਹੁੰਦਾ ਕਿ ਸਰਕਾਰ ਨੂੰ ਇਹ ਲੱਗਦਾ ਜਿਹੜਾ BJP ਨੂੰ ਬੁਖਲਾੜ ਭਰੇ ਕਦਮ ਨੇ ਕਿਉਂ ਪੰਜਾਬ ਨੂੰ ਸਬਕ ਸਿਖਾਉਣਾ ਚਾਹੁੰਦੀ ਹੈ ਉਹ ਕਿਉਂ ਕਿਉਂਕਿ ਪੰਜਾਬ ਨੇ ਤਿੰਨ ਕਾਨੂੰਨਾਂ ਖਿਲਾਫ ਇਤਿਹਾਸਕ ਅੰਦੋਲਨ ਚ ਅਗਵਾਈ ਕੀਤੀ ਸੀ ਔਰ ਅੱਜ ਜਦੋਂ ਦੂਜੇ ਪੜਾ ਦਾ ਅੰਦੋਲਨ ਸ਼ੁਰੂ ਹੋ ਗਿਆ ਤਾਂ ਪੰਜਾਬ ਨੇ ਜਿਹੜਾ ਵਾਅਦਾ ਕੀਤਾ ਸੀ ਵੀ ਅਸੀਂ 19 ਨਹੀਂ ਰਹਿੰਦੇ ਅਸੀਂ 21 ਛੱਡੋ 51 ਸਾਹਤ ਹੋਵਾਂਗੇ ਅਸੀਂ ਫੇਰ ਵੱਡੀ ਗਿਣਤੀ 'ਚ ਜਾ ਰਹੇ ਹਾਂ 20 ਤਰੀਕ ਨੂੰ 20 ਮਾਰਚ ਨੂੰ ਦਿੱਲੀ ਪ੍ਰੋਟੈਸਟ ਰੱਖਿਆ ਇਸ ਲਈ ਇਹਨੂੰ ਡਿਰੇਲ ਕਰਨ ਲਈ ਸਾਡੇ ਹੱਕੀ ਤੇ ਜਾਇਜ਼ ਸੰਘਰਸ਼ ਨੂੰ ਲੀਹੋਂ ਲਾਉਣ ਲਈ ਇਹ ਡਰਾਉਣਲੀ ਕਾਰਵਾਈ ਹੈ ਮੇਰਾ ਸਵਾਲ ਵੀ ਇਹੀ ਸੀਗਾ ਕਿ ਤੁਸੀਂ ਜਦ ਅਨਾਉਂਸ ਕੀਤਾ ਦੁਬਾਰਾ ਸੰਘਰਸ਼ ਕੀ ਉਹਦੀ ਇਹ ਬਦਲਾਖੋਰੀ ਹੈ ਜਾਂ ਪਹਿਲੇ ਵਾਲੇ ਨੂੰ ਵੀ ਪਹਿਲੇ ਵਾਲੇ ਤੋਂ ਵੀ ਤੰਗ ਸੀਸ ਕਰੇ ਪਹਿਲੇ ਵਾਲੇ ਕਰਕੇ ਅਸੀਂ ਅੱਖਾਂ 'ਚ ਰੜਕਦੇ ਆਂ ਦੂਜਾ ਸ਼ੁਰੂ ਕੀਤਾ ਇਸ ਕਰਕੇ ਡਰਾਉਣ ਦੀ ਕੋਸ਼ਿਸ਼ ਹੈ ਇਹ ਮਹਿੰਗਾ ਪਊਗਾ 13 ਤਰੀਕ ਨੂੰ ਜਿਹੜਾ ਮੋਰੈਂਡਮ ਅਸੀਂ ਥਰੂ ਗਵਰਨਰ ਰਾਸ਼ਟਰਪਤੀ ਜੀ ਨੂੰ ਭੇਜਿਆ ਹੁਣ ਡਿਪਟੀ ਕਮਿਸ਼ਨਰਾਂ ਨਾਲ ਨਹੀਂ ਭੇਜਾਂਗੇ ਰਾਸ਼ਟਰਪਤੀ ਨੂੰ ਉਸ ਦਿਨ ਅਸੀਂ ਸਾਰੇ ਪੰਜਾਬ ਦੇ ਜ਼ਿਲ੍ਹਾ ਹੈੱਡਕੁਆਟਰਾਂ ਤੇ ਮੋਦੀ ਸਰਕਾਰ ਦੀਆਂ ਅਰਥੀਆਂ ਫੂਕੇ ਮੁਜਾਰੇ ਕਰਾਂਗੇ ਤੇ ਮੰਗ ਪੱਤਰ ਭੇਜਾਂਗੇ 20 ਮਾਰਚ ਦਾ ਸੰਯੁਕਤ ਮੋਰਚੇ ਦਾ ਦਿੱਲੀ ਪ੍ਰੋਟੈਸਟ ਜਿਹੜਾ ਸਾਰੇ ਦੇਸ਼ ਪੱਧਰ ਦਾ ਪ੍ਰੋਟੈਸਟ ਹੈ ਐਮਐਸਪੀ ਜਿਹੜਾ ਇਲੈਕਟ੍ਰਿਸਿਟੀ ਐਮੈਂਡਮੈਂਟ ਐਕਟ ਵਾਦਾ ਖਿਲਾਫੀ ਕਰਕੇ ਇਹਨਾਂ ਨੇ ਪਾਰਲੀਮੈਂਟ 'ਚ ਟੇਬਲ ਕੀਤਾ ਉਹ ਐਮਐਸਪੀ ਦੀ ਖਰੀਦ ਦੀ ਕਾਨੂੰਨੀ ਗਾਰੰਟੀ ਲੈਣ ਲਈ ਔਰ ਇਸ ਦੇ ਇਲਾਵਾ ਜਿਹੜੀਆਂ ਕੋਈ ਲਖੀਮਪੁਰ ਖੀਰੀ ਦੇ ਮੋਰਚੇ ਨਾਲ ਸੰਬੰਧ ਜਿਹੜੀਆਂ ਮੰਗਾਂ ਨੇ ਇਹੇ ਜੀਆਂ ਕੁਝ ਮੰਗਾਂ ਲਈ ਜਿਹੜਾ ਇਹ ਪ੍ਰੋਟੈਸਟ ਹੈ ਜਿਹੜਾ ਉੱਥੇ ਹੋ ਰਿਹਾ ਕਰਜ਼ਾ ਮਾਫੀ ਹੋਰ ਚੀਜ਼ਾਂ ਤੋਂ ਇਸ ਨੂੰ ਹਰ ਹਾਲ ਚਕ ਕੀਤਾ ਜਾਊਗਾ ਇਰੂ ਕੁ ਗਾਨੀ ਇਹ ਜੇ ਬੁਖਲਾਟ ਪਰੇ ਕਦਮਾਂ ਨਾਲ ਇੱਕ ਦਿਨ ਦਾ ਹੋਵੇਗਾ ਜਾਂ ਇਹ ਅਨਵਿਥੇ ਸਮੇਂ ਦੀ ਗੱਲ ਹੈ ਇਹ ਇੱਕ ਦਿਨ ਦਾ ਜੀ ਹਾਲੇ ਅਸੀਂ ਅੰਦੋਲਨ ਨੂੰ ਪੜਾਵਰ ਪੜਾ ਫਿਰ ਸ਼ੁਰੂ ਕੀਤਾ 26 ਨਵੰਬਰ ਨੂੰ ਸਾਰੇ ਦੇਸ਼ 'ਚ ਕੀਤਾ ਸੀਗਾ ਪੰਜਾਬ ਦੀਆਂ ਜਥੇਬੰਦੀਆਂ ਨੇ ਉਸ ਸੱਦੇ ਨੂੰ ਚੰਡੀਗੜ੍ਹ ਮੋਹਾਲੀ ਇਹ ਸਾਰੇ 'ਚ ਲਾਗੂ ਕੀਤਾ ਗੁਰਦੁਆਰਾ ਆਮ ਸਾਹਿਬ ਸਾਹਮਣੇ ਇੱਕ ਬੁਸ਼ਾਲ ਕੱਠ ਹੋਇਆ ਸੀ ਜਿਹੜਾ ਇੱਕ ਇਹ ਕਿਹਾ ਜਾ ਰਿਹਾ ਵੀ ਸ='%20ਸ='%20ਯੁਕਤ ਮੋਰਚੇ ਦਾ ਭੋਗ ਪੈ ਗਿਆ ਉਦੋਂ ਇਹ ਵੀ ਕਹਿ ਬਈ ਕਿਤੇ ਨਹੀਂ ਗਿਆ ਇਹ ਲੜੂਗਾ ਇਹ ਦਮ ਲੈ ਲਿਆ ਇਹਨੇ ਹੁਣੇ ਫਿਰ ਸ਼ੁਰੂ ਕਰੂਗਾ ਔਰ 26 ਜਨਵਰੀ ਨੂੰ ਜੀਂਦ ਚ ਇੱਕ ਵਿਸ਼ਾਲ ਮਹਾਪੰਚਾਇਤ ਉੱਤਰਪਾਰਿਤ ਦੀ ਹੋਈ ਹੈ ਹੁਣ 20 ਮਾਰਚ ਨੂੰ ਦੇਸ਼ ਭਰ ਦਾ ਦਿੱਲੀ ਚ ਪ੍ਰੋਟੈਸਟ ਹੋਣ ਜਾ ਰਿਹਾ ਹੈ ਔਰ ਇਸ ਅੰਦੋਲਨ ਨੂੰ ਇਸ ਤੋਂ ਅੱਗੇ ਹੋਰ ਬਤਾਵਾਂਗੇ ਅੱਗੇ ਸਾਰੇ ਦੇਸ਼ ਫਲਾਉਣ ਦੀ ਕੋਸ਼ਿਸ਼ ਕਰਾਂਗੇ ਜਿਹੜਾ ਵਾਦਾ ਖਿਲਾਫੀ ਸਰਕਾਰ ਨੇ ਕੀਤੀ ਉਹ ਮਹਿੰਗੀ ਬਊ ਬਜਟ ਸੈਸ਼ਨ ਤੇ ਤਾਂ ਹੀ ਹੈ ਪ੍ਰੋਟੈਸਟ ਸਾਰੇ ਵਿੱਚ ਜਥੇਬੰਦੀਆਂ ਸਾਰੀਆਂ ਮੌਜੂਦ ਹੋਣਗੀਆਂ ਜਿਵੇਂ ਕਿ ਪਹਿਲਾਂ ਐਸਕੇਐਮ ਤੋਂ ਕੋਈ ਵੱਖਰੀਆਂ ਹੋਈਆਂ ਨੇ ਕੋਈ ਰਾਜਨੀਤਿਕ ਬਣ ਗਏ ਕੋਈ ਗੈਰ ਰਾਜਨੀਤਿਕ ਬਣ ਗਏ ਕੋਈ ਹੋਰ ਬਣ ਗਏ ਪੰਜਾਬ ਦੀਆਂ ਜਿਹੜੀਆਂ ਸ='%20ਸ='%20ਯੁਕਤ ਮੋਰਚੇ ਚ ਹਾਲੇ ਵੀ ਜਥੇਬੰਦੀਆਂ ਹੈਗੀਆਂ ਉਹਨਾਂ ਲਾਜ਼ਮੀ ਤੌਰ ਤੇ ਹੋਣਗੀਆਂ ਇਹਦੇ ਚ ਬੀਕੇਯੂ ਤਕੈਤ ਹੈ ਇਹਦੇ ਚ ਪੰਜਾਬ ਦੀਆਂ 32 ਜਥੇਬੰਦੀਆਂ ਨੇ ਬੀਕੇਯੂ ਗਰਾਹਾ ਆ ਜਾਂ ਹਰਿਆਣੇ ਦੀਆਂ ਜਥੇਬੰਦੀਆਂ ਇਹ ਸਾਰੀਆਂ ਜਾਣਗੀਆਂ ਔਰ ਜਿਹੜਾ ਹਿੱਸਾ ਕੋਈ ਇਸ ਸੰਯੁਕਤ ਮੋਰਚੇ ਨੂੰ ਛੱਡ ਕੇ ਕੋਈ ਆਪਣਾ ਵੱਖਰਾ ਰਹਤਾ ਹੈ ਕਰ ਚੁੱਕਾ ਹੈ ਜੋ ਕਿਸਾਨ ਮੰਗਾਂ ਲਈ ਲੜਦਾ ਹੈ ਜੀ ਸਦਕੇ ਲੜੇ ਪਰ ਇੱਕ ਵੱਡਾ ਹਿੱਸਾ ਹਾਲੇ ਵੀ ਇਕੱਠਾ ਉਹ ਇਕੱਠਾ ਲੜੇਗਾ ਰਾਜੀਵਾਰ ਹੋਣਾ ਨੇ ਅਲੱਗ ਤੋਂ ਜਿਹੜਾ ਐ ਐਲਾਨ ਕੀਤਾ ਕੁਛ ਉਹ ਪਾਣੀਆਂ ਦੇ ਮੰਗਾਂ ਲੈ ਕੇ ਵਾਤਾਵਰਨ ਨੂੰ ਲੈ ਕੇ ਹੋਰ ਮੁੱਦਿਆਂ ਨੂੰ ਲੈ ਕੇ ਆਪਣੇ ਉਹਦੇ ਲੱਗਦਾ ਨਹੀਂ ਕਿ ਆਮ ਜਿਹੜੇ ਕਿਸਾਨ ਨੇ ਆਮ ਲੋਕ ਨੇ ਜਿਹੜੇ ਕਿਸੇ ਜਥੇਬੰਦੀ ਦਾ ਹਿੱਸਾ ਨਹੀਂ ਹੈਗੇ ਪਰ ਲੜਨਾ ਚਾਹੁੰਦੇ ਨੇ ਪ੍ਰੋਟੈਸਟ ਲਈ ਉਹ ਕਿੱਧਰ ਨੂੰ ਜਾਣਗੇ ਉਹ ਕਨਫਿਊਜ਼ ਨਹੀਂ ਹੋਣ ਨਹੀਂ ਇਸ ਤਰ੍ਹਾਂ ਦੀ ਕੋਈ ਕਨਫਿਊਜ਼ਨ ਨਹੀਂ ਚੰਗੀ ਗੱਲ ਹੈ ਜੇ ਉਹ ਉਹਨਾਂ ਨੇ ਇਸ ਮਾਮਲੇ 'ਚ ਕਦਮ ਪੁੱਟੇ ਨੇ ਇੱਕ ਗੱਲ ਖਿਆਲ ਰੱਖ ਲਿਓ ਦੇਰ ਸਵੇਰ ਸਾਰੇ ਇਕੱਠੇ ਹੋਵਾਂਗੇ ਇਹ ਇਹ ਜੇ ਜੇ ਕਿਸਾਨ ਮੰਗਾਂ ਲਈ ਸੰਘਰਸ਼ ਚੱਲ ਰਿਹਾ ਕੁਝ ਸਮੇਂ ਲਈ ਕੁਝ ਚੀਜ਼ਾਂ 'ਚ ਕੋਈ ਆਉਂਦੇ ਨੇ ਕੁਛ ਪੜਾ ਇਸ ਤਰ੍ਹਾਂ ਦੇ ਅੰਦੋਲਨ ਦਰਾਂ ਪਰ ਇਹ ਜੇ ਲੜਨ ਵਾਲੀਆਂ ਸੋਹਰਦ ਤੇਰਾ ਹੋਣਗੀਆਂ ਸਾਰੀਆਂ ਤੋਂ ਦੇਸ਼ਵਰ ਇਕੱਠੀਆਂ ਹੋ ਜਾਂਦੇ ਪੰਜਾਬ ਨੇ ਅਗਵਾਈ ਕੀਤੀ ਆ ਪਹਿਲਾਂ ਵੀ ਜਦ ਮੋਰਚਾ ਲਾਇਆ ਜਾਂਦਾ ਪੰਜਾਬ ਅਗਵਾਈ ਕਰਦਾ ਤੁਸੀਂ ਉਹ ਜਥੇਬੰਦੀਆਂ ਦੇ ਮੇਨ ਆਗੂ ਸੀ ਜਿਨ੍ਹਾਂ ਨੇ ਅਗਵਾਈ ਕਰਕੇ ਲੈ ਕੇ ਆ ਕੀ ਹੁਣ ਕੇਂਦਰ ਬਰਦਾਸ਼ਤ ਕਰੇਗਾ ਇੱਕ ਵਾਰ ਫਿਰ ਤੁਸੀਂ ਇੱਥੋਂ ਇਕੱਠੇ ਹੋ ਕੇ ਉਧਰ ਨੂੰ ਜਾ ਰਹੇ ਹੋ ਕਿ ਉਹ ਜਾਣ ਦਵੇਗਾ ਹਰਿਆਣੇ ਤੋਂ ਮਹਿੰਗਾ ਪਾਊਗਾ ਜੇ ਨਹੀਂ ਕਰਨਗੇ ਪਿਛਲੀ ਵਾਰੀ ਉਹਨਾਂ ਨੂੰ 380 ਦਿਨ ਮਹਿੰਗਾ ਪੈ ਗਿਆ ਸੀ ਤੇ ਅੱਜ ਹੀ ਤਾਂ ਇੱਕ ਦਿਨ ਲਈ ਪਹਿਲਾਂ ਹੀ ਕਹਿ ਵੀ ਇੱਕ ਦਿਨ ਲਈ ਜਾਣਾ ਤੇ ਜੇ ਉਹ ਉਹਨਾਂ ਨੇ ਜਾਦਾ ਕੁਝ ਰਖਾਉਣਾ ਹੋਊਗਾ ਉਹਨਾਂ ਦੀ ਮਰਜ਼ੀ ਹੈ ਅਸੀਂ ਤਾਂ ਇੱਕ ਦਿਨ ਲਈ ਪ੍ਰੋਟੈਸਟ ਕਰਕੇ ਮੁੜਾਂਗੇ ਐਮਐਸਪੀ ਦਾ ਮੁੱਦਾ ਵੀ ਲਗਾਤਾਰ ਜਿਹੜਾ ਮੰਗਾ ਚਾ ਤੁਸੀਂ ਇਹਨੂੰ ਵੀ ਲੈ ਕੇ ਜਾ ਰਹੇ ਹੋ ਕਿੱਥੇ ਕਿੱਥੇ ਅੜਚਣ ਕਿੱਥੇ ਅੜਦੀ ਹੈ ਕਿਉਂ ਖੜਦੇ ਨਹੀਂ ਹੈਗੀ ਸਰਕਾਰ ਐਕਚੁਅਲੀ ਸਰਕਾਰ ਦੀ ਨੀਤੀ ਐਫਸੀਆਈ ਤੇ ਸਰਕਾਰੀ ਖਰੀਦ ਨੂੰ ਤੇ ਇਹ ਸਾਰੇ ਚੋਂ ਬਾਹਰ ਨਿਕਲਣ ਦੀ ਹੈ ਸਰਕਾਰ ਦਾ ਏਜੰਡਾ ਕਾਰਪੋਰੇਟ ਦੇ ਪੱਖ ਚ ਹੈ ਦੋ ਲੋਕ ਦੇਸ਼ ਚਲਾ ਰਹੇ ਨੇ ਦੋ ਵੇਚ ਰਹੇ ਨੇ ਤੇ ਦੋ ਖਰੀਦ ਰਹੇ ਨੇ ਚਾਰੋਂ ਗੁਜਰਾਤੀ ਨੇ ਸਾਹਮਣੇ ਆ ਅਡਾਨੀ ਦਾ ਸਾਰਾ ਕੁਝ ਜੋ ਹਿਡਨਬਰਗ ਰਿਪੋਰਟ ਸਾਹਮਣੇ ਆਈ ਆ ਤੋ ਇਹ ਸਾਰੇ ਮਾਮਲੇ ਚ ਪ੍ਰੋ ਕਿਸਾਨ ਪ੍ਰੋ ਨੇਚਰ ਇਸ ਤਰ੍ਹਾਂ ਦਾ ਕੋਈ ਜਿਹੜਾ ਖੇਤੀ ਮਾਡਲ ਹੋਵੇ ਔਰ ਉਸ ਦੇ ਵਿੱਚ ਕਿਸਾਨ ਨੂੰ ਲਾਭਕਾਰੀ ਮੁੱਲ ਮਿਲੇ ਉਹਦੀ ਫਸਲ ਦਾ ਇਸ ਪਾਸੇ ਨੂੰ ਕਦਮ ਨਹੀਂ ਹੈ ਸਰਕਾਰ ਖਰੀਚੋbaar ਹੋਣਾ ਚਾਹੁੰਦੀ ਹੈ ਸਰਕਾਰ ਆਪਣੀ ਰਿਸਪੌਂਸਿਬਿਲਟੀ ਚੋਂ ਬਾਹਰ ਹੋਣਾ ਚਾਹੁੰਦੀ ਹੈ ਸਰਕਾਰ ਸਾਰਾ ਕੁਝ ਕਾਰਪੋਰੇਟ ਦੇ ਹਵਾਲੇ ਕਰਨਾ ਚਾਹੁੰਦੀ ਹੈ ਉਸ ਪਾਸੇ ਨੂੰ ਕਦਮ ਨਹੀਂ ਔਰ ਉਹਦੇ ਲਈ ਪਿੰਡ ਦੇ ਕਿਸਾਨ ਅਵੇਅਰ ਹੋ ਰਹੇ ਨੇ ਲੜਨਗੇ ਜੂਜਣਗੇ ਜੂਜਣਾ ਪਊਗਾ ਯਾਰ ਸਰਕਾਰ ਦਾ ਰੋਲ ਕਿ ਮੈਂ ਦੇਖਦੇ ਆ ਕਿ ਪੰਜਾਬ ਸਰਕਾਰ ਹਜੇ ਤੱਕ ਕੇਵਲ ਕਹਿ ਰਹੀ ਆ ਕਿ ਅਸੀਂ ਮੀਡੀਆ ਕਰਦੀ ਆ ਕਹਿੰਦੀ ਆ ਅਸੀਂ ਤੁਹਾਡੇ ਨਾਲ ਖੜਦੇ ਆ ਪਰ ਨਜ਼ਰ ਕਿਤੇ ਨਹੀਂ ਆਉਂਦਾ ਗਰਾਊਂਡ 'ਤੇ ਸਰਕਾਰ ਨੂੰ ਇਸ ਨੂੰ ਐਮਐਸਪ ਜੇ ਇਹਨਾਂ ਨੇ ਫਸਲੀ ਭੂਪਿੰਤਾ ਕਰਨੀ ਆ ਖੇਤੀਬਾੜੀ ਨੀਤੀ ਦਾ ਅੱਜ ਵੀ ਬਿਆਨ ਆਇਆ ਜਿੱਦਣ ਫਾਰਮਰ ਕਮਿਸ਼ਨ ਨੇ ਕਿਸਾਨ ਯੂਨੀਅਨ ਨੂੰ ਸਾਡੀ ਨੂੰ ਬੁਲਾਇਆ ਸੀ ਅਸੀਂ ਉਦੋਂ ਐਗਰੀਕਲਚਰ ਮਿਨਿਸਟਰ ਪੰਜਾਬ ਵੀ ਸ਼ਾਮਲ ਸੀ ਉਹਦੇ 'ਚ ਵੀ ਅਸੀਂ ਗੱਲ ਰੱਖੀ ਸੀ ਅਸੀਂ ਤਿੰਨ ਨੁਕਤੇ ਰੱਖੇ ਸੀ ਨੰਬਰ 1 ਕਿ ਬਦਲਮਾ ਖੇਤੀ ਮਾਡਲ ਜੋ ਐਗਰੀਕਲਚਰ ਯੂਨੀਵਰਸਿਟੀ ਦੀ ਡਾਈਵਰਸੀਫਿਕੇਸ਼ਨ ਦੀ ਰਿਪੋਰਟ ਹੈ ਉਸ ਮੁਤਾਬਕ ਜੋ ਨੇਚਰਲ ਗਰੋਇੰਗ ਏਰੀਆ ਨੇ ਜਿਹੜੇ ਕੁਦਰਤੀ ਜ਼ੋਨ ਨੇ ਖੇਤੀ ਦੇ ਫਸਲਾਂ ਦੇ ਉਸ ਮੁਤਾਬਕ ਤੁਸੀਂ ਲਿਆਓ ਪਰ ਉਹਦੀ ਖਰੀਦ ਦੀ ਗਾਰੰਟੀ ਕਰੋ ਐਮਐਸਪੀ ਦੇ ਗਾਰੰਟੀ ਕਰੋ ਕਿਸਾਨ ਨੂੰ ਉਨੀ ਆਮਦਨ ਸਿਕਿਉਰ ਹੋਵੇ ਜਿੰਨੀ ਝੋਨੇ 'ਚ ਹੁੰਦੀ ਹੈ ਜਾਂ ਉਸ ਤੋਂ ਵੱਧ ਮਿਲੇ ਤਾਂ ਕਿਸਾਨ ਛੱਡ ਜਾਊਗਾ ਇਸ ਫਸਲੀ ਚੱਕਰ ਨੂੰ ਛੱਡ ਜਾਊਗਾ ਦੂਸਰਾ ਪੰਜਾਬ ਨੂੰ ਐਗਰੋ ਬੇਸਡ ਇੰਡਸਟਰੀ ਦੀ ਲੋੜ ਹੈ ਇਹਨਾਂ ਨੇ ਸਬਮਿਟ ਕੀਤੀ ਹੈ 12ਵੇਂ ਇਨਵੈਸਟਰ ਸਾਰੇ ਬੁਲਾਏ ਨੇ ਪੰਜਾਬ ਨੂੰ ਐਗਰੀਕਲਚਰ ਇੰਡਸਟਰੀ ਖੇਤੀ ਤੇ ਅਧਾਰਤ ਸੰਨਦੀ ਲੋੜ ਆ ਪਰ ਉਹਦੇ ਚ ਰਿਜ਼ਰਵ ਮਾਰਕੀਟ ਚਾਹੀਦੀ ਉਹਦੇ ਚ ਕਾਰਪੋਰੇਟ ਨਹੀਂ ਚਾਹੀਦਾ ਠੀਕ ਹੈ ਸਮਾਲ ਸਕیل ਇੰਡਸਟਰੀ ਸਾਡੇ ਕੋਲੇ ਸਾਡੀਆਂ ਸਹਿਕਾਰੀ ਵੇਰਕਾ ਮਾਰਕਫੈਡ ਹੈਗੀਆਂ ਨੇ ਜੇ ਸਮਾਲ ਸਕیل ਇੰਡਸਟਰੀ ਨੂੰ ਲਿਆਵੇ ਜਿਹਨੂੰ ਗਵਰਨਮੈਂਟ ਪ੍ਰੋਟੈਕਟ ਕਰੇ ਸਬਸਿਡਾਈਜ਼ ਕਰੇ ਨਾ ਕਿ ਕਾਰਪੋਰੇਟ ਆਵੇ ਸਿਰਦਾ ਉਸ ਰਾਹੀਂ ਜੇ ਚੀਜ਼ ਅੱਗੇ ਆਉਂਦੀ ਹੈ ਤਾਂ ਇੱਥੇ ਡੋਮੈਸਟਿਕ ਮਾਰਕੀਟ ਵੀ ਡਿਵੈਲਪ ਹੋਊ ਲੋਕਾਂ ਨੂੰ ਰੋਜ਼ਗਾਰ ਵੀ ਮਿਲੂ ਅਰ ਤੀਸਰਾ ਪਾਕਿਸਤਾਨ ਨਾਲ ਵਪਾਰ ਖੋਲਣਾ ਚਾਹੀਦਾ ਪਾਕਿਸਤਾਨ ਨਾਲ ਵਪਾਰ ਖੋਲਣਗੇ ਉਹ ਤਾਂ ਪਹਿਲਾਂ ਹੀ ਜਿਹੜਾ ਮਾਲ ਬੰਦਰਗਾਹ ਤੇ ਜਾਂ ਉਧਰੋਂ ਖਾੜੀਆਂ ਤੋਂ ਲਿਆ ਕੇ ਆਉਂਦੇ ਨੇ ਕੋਲਾ ਤੱਕ ਵੀ ਉੱਥੋਂ ਲਿਆਇਆ ਜਾਂਦਾ ਨਹੀਂ ਉਹ ਤਾਂ ਹੁਣ ਸਿੱਧਾ ਆਉਣਾ ਸ਼ੁਰੂ ਹੋ ਜਾਊਗਾ ਰੋਕ ਲੱਗ ਗਈ ਪਰ ਸਾਡੇ ਕੋਲੇ ਭੂਏ ਖਿਸੇ ਗੱਲ ਚ ਹੈ ਕਿ ਸਾਡੇ ਗੁਮਾਂਡੀ ਨਾਲ ਸਾਡੇ ਦੋਸਤਾਨਾ ਰਿਸ਼ਤੇ ਹੋਣ ਔਰ ਪਾਕਿਸਤਾਨ ਨਾਲ ਸਾਡਾ ਵਪਾਰ ਖੁੱਲਣਾ ਚਾਹੀਦਾ ਹੈ। ਅਜ ਇੱਕ ਸਵਾਲ ਜ਼ਰੂਰ ਹੈਗਾ ਸਰਕਾਰ ਆ ਪੰਜਾਬ ਦੀ ਉਹ ਇਨਵੈਸਟਰਸ ਨੂੰ ਲੈ ਕੇ ਆ ਰਹੀ ਆ। ਫੈਕਟਰੀਆਂ ਵੱਲ ਜ਼ਿਆਦਾ ਧਿਆਨ ਦਿੰਦੀ ਆ। ਕੋਈ ਐਸਾ ਨਹੀਂ ਇਨਵੈਸਟਰ ਜਾਇਦੇ ਲੱਭਣੇ ਉਹਨਾਂ ਨੂੰ ਕਿ ਖੇਤੀ ਵੱਲ ਧਿਆਨ ਦੇਵੇ। ਕਿ 70% ਅਸੀਂ ਖੇਤੀ ਦੇ ਨਿਰਭਰ ਕਰਦੇ ਆ। ਅਸੀਂ ਉਹਨੂੰ ਛੱਡ ਕੇ ਅਸੀਂ ਕੇਵਲ ਚੰਦ ਪਰ ਇੱਕ ਵਰਕ ਦੇ ਉੱਤੇ ਜ਼ਿਆਦਾ ਦੇਖੋ ਪੰਜਾਬ ਨੂੰ ਖੇਤੀ ਆਧਾਰਿਤ ਸੰਨਤੀ ਬਚਾਉਗੇ। ਠੀਕ। ਔਰ ਉਹਦੇ ਲਈ ਮਾਰਕ ਫੈਡਰ ਅਮਰੀਕਾ ਇਹ ਜੇ ਸਹਿਕਾਰੀ ادارے ਨੇ ਜਿਹੜੇ ਬਰਥ ਨੇ ਪੈਣਗੇ ਉਹਦੇ ਲਈ ਸਮਾਲ ਸਕیل ਇੰਡਸਟਰੀ ਨੂੰ ਪ੍ਰੋਟੈਕਟ ਕਰਨਾ ਪਊਗਾ ਉਸ ਪਾਸੇ ਨੂੰ ਵਧਣਾ ਪਊਗਾ ਜਦੋਂ ਕਿ ਦੇਸ਼ ਚ ਇੱਕ ਨਾਮਕ ਮਾਡਲ ਵੱਡੇ ਕਾਰਪੋਰੇਟ ਨੂੰ ਫਾਇਦਾ ਦੇਂਦਾ ਹੈ ਬਾਹਰਲੀਆਂ ਵਿਦੇਸ਼ੀ ਕੰਪਨੀਆਂ ਨੂੰ ਫਾਇਦਾ ਦੇਂਦਾ ਇਸ ਦੇ ਵਿੱਚ ਆਮ ਆਦਮੀ ਪਾਰਟੀ ਟੈਸਟ ਹੋਊਗੀ ਇਹ ਦੇਖਣਾ ਪਊਗਾ ਕਿ ਉਹ ਵੀ ਕੀ ਇਸ ਪਾਸੇ ਨੂੰ ਕਦਮ ਪੁੱਟਦੇ ਨੇ ਨਹੀਂ ਪੁੱਟਦੇ ਨਹੀਂ ਪੁੱਟਣਗੇ ਤਾਂ ਪੰਜਾਬ ਦੇ ਲੋਕਾਂ ਨੇ ਜਿੱਥੇ ਬਾਕੀਆਂ ਨੂੰ ਸਬਕ ਸਿਖਾਇਆ ਇਹਨਾਂ ਨੂੰ ਵੀ ਥਾਂ ਤੱਕ ਆ ਅਸੀਂ ਉਹਨਾਂ ਦੇ ਸਾਹਮਣੇ ਰੱਖਿਆ ਸੀ ਜਿਨ੍ਹਾਂ ਦੇ ਹਾਲੇ ਤੱਕ ਬਿਆਨ ਆਏ ਨੇ ਉਹ ਬਿਆਨ ਤਾਂ ਉਹਨਾਂ ਦੇ ਐ ਬਹੁਤ ਸੋਹਣੇ-ਸੋਹਣੇ ਆਉਂਦੇ ਨੇ lettes see ਐਗਰੀਕਲਚਰ ਪਾਲਸੀ ਕੀ ਆਉਂਦੀ ਹੈ ਉਹਦੇ ਤੋਂ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋਊਗਾ ਬਹੁਤ ਬਹੁਤ ਧੰਨਵਾਦ ਮਿਹਰਬਾਨੀ ਸੋ ਇਸ ਹਨ ਸਾਡੇ ਨਾਲ ਕਿਸਾਨ ਲੀਡਰ ਮਿੰਦਰ ਸਿੰਘ ਹੋਣੀ ਜਿਹੜੇ ਚਰਚਾ ਕਰ ਰਹੇ ਸੀਗੇ ਅੱਜ ਮੈਮੋਰੈਂਡਮ ਦੇਣ ਨੂੰ ਲੈ ਕੇ ਕਿਉਂਕਿ ਮੈਮੋਰੈਂਡਮ ਦੇਣ ਲਈ ਗਵਰਨਰ ਹਾਊਸ ਪਹੁੰਚੇ ਸੀ ਗਵਰਨਰ ਨਹੀਂ ਮਿਲਦੇ ਪਰ ਮੈਮੋਰੈਂਡਮ ਦੇ ਆਉਂਦੇ ਨੇ ਪਰ ਉਸ ਦੇ ਵਿੱਚ ਇਹਨਾਂ ਨੇ ਆਪਣੇ ਮੰਗਾਂ ਵੀ ਦੱਸੀਆਂ ਸੀਬੀਆਈ ਦੀ ਰੇਟ ਦੀ ਗੱਲ ਕੀਤੀ ਹੈ ਤੇ ਇਸ ਤੋਂ ਇਲਾਵਾ ਜੋ ਅੰਦੋਲਨ ਕਿਸਾਨਾਂ ਵੱਲੋਂ ਲੀਕਿਆ ਜਾ ਰਿਹਾ ਉਸ ਉੱਤੇ ਵੀ ਚਰਚਾ ਕੀਤੀ ਗਈ ਹੈ ਮੈਨੂੰ ਜਸਪੀ ਸਿੰਘ ਆਸ਼ਕੂ ਦੇ ਇਜ਼ਾਜ਼ਤ ਦੇਖ ਰਹੇ ਟੀਵੀ ਪੰਜਾਬ ਧੰ